ਸ਼ਹਿਰ ਵਿੱਚ ਐਨਕਰੋਚਮੈਂਟ ਦੀ ਭਰਮਾਰ ਹੈ ਅਤੇ ਇਸ ਤੋਂ ਨਿਪਟਣ ਲਈ ਸਖ਼ਤ ਕਾਰਵਾਈ ਦੀ ਦਰਕਾਰ ਹੈ। ਫਾਸਟਵੇ ਦੀ ਨਿਊਜ਼ ਟੀਮ ਵੱਲੋਂ ਸ਼ਹਿਰ ਅੰਦਰ ਫੈਲੀ ਐਨਕਰੋਚਮੈਂਟ ਕਾਰਨ ਲੋਕਾਂ ਦੀਆਂ ਦਰਪੇਸ਼ ਦਿੱਕਤਾਂ ਨੂੰ ਲਗਾਤਾਰ ਉਜਾਗਰ ਕੀਤਾ ਜਾ ਰਿਹਾ। ਦੇਰ ਨਾਲ ਹੀ ਸਹੀ ਇਸ ਮੁਹਿੰਮ ਦਾ ਅਸਰ ਵੇਖਣ ਨੂੰ ਮਿਲ ਰਿਹਾ ਅਤੇ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਐਨਕਰੋਚਮੈਂਟ ਨੂੰ ਰਿਮੂਵ ਕਰਨ ਦਾ ਅਭਿਆਨ ਸ਼ੁਰੂ ਕਰ ਦਿੱਤਾ ਗਿਆ। ਨਗਰ ਨਿਗਮ ਦੀ ਟੀਮ ਵੱਲੋਂ ਸੁਲਤਾਨਵਿੰਡ ਗੇਟ ਤੋਂ ਚਾਤੀਵਿੰਦ ਗੇਟ ਤੱਕ ਐਨਕਰੋਚਮੈਂਟ ਨੂੰ ਹਟਾਇਆ ਗਿਆ। ਚੀਫ ਸੈਨੇਟਰੀ ਇੰਸਪੈਕਟਰ ਚੰਚਲ ਸਿੰਘ, ਗੁਰਬੰਤ ਸਿੰਘ, ਸੈਨੇਟਰੀ ਇੰਸਪੈਕਟਰ ਰਾਕੇਸ਼ ਗਿੱਲ, ਅਨਿਲ ਡੋਗਰਾ, ਕਸ਼ਮੀਰ ਸਿੰਘ ਅਤੇ ਜਿਤੇਂਦਰ ਕੁਮਾਰ ਦੀ ਰਹਿਨੁਮਾਈ ਹੇਠ ਇਲਾਕੇ ਵਿੱਚੋਂ ਐਨਕਰੋਚਮੈਂਟ ਹਟਾਈ ਗਈ। ਪ੍ਰਿੰਸੀਪਲ ਮੋਨਿਕਾ ਸਮੇਤ ਇਲਾਕਾ ਵਾਸੀਆਂ ਨੇ ਨਗਰ ਨਿਗਮ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ। ਮਾਨਯੋਗ ਮੇਅਰ ਸਾਹਿਬ ਅਤੇ ਕਮਿੰਦਰ ਸਾਹਿਬ, ਸਾਡੇ ਬਹੁਤ ਹੀ ਇੱਕ ਵਧੀਆ ਟੀਮ ਆ ਸਾਡੇ ਸਤਿਕਾਰਯੋਗ, ਜੋ ਉਹਨਾਂ ਨੇ ਮੁਹਿੰਮ ਚਲਾਈ ਆ ਸਵੱਛਤਾ ਸਫਾਈ ਅਭਿਆਨ ਨੂੰ ਮੁੱਖ ਰੱਖਦਿਆਂ, ਜਿੱਥੋਂ ਵੇਖਿਆ ਵੀ ਇਹ ਕਿੱਥੇ ਗੰਦਗੀ ਕਿੱਥੇ ਪੈ ਰਹੀ ਆ। ਇਹ ਸ਼ੁਰੂਆਤ ਆਮ ਪਬਲਿਕ ਤੰਗ ਹੋ ਰਹੀ ਆ, ਜੋ ਰੇਹੜੀਆਂ, ਜੋ ਦੁਕਾਨਦਾਰਾਂ ਵੱਲੋਂ ਬਾਹਰ ਸਮਾਨ ਲਾਇਆ ਜਾ ਰਿਹਾ, ਜੋ ਰੇਹੜੀਆਂ ਸੜਕ ਦੇ ਉੱਤੇ ਵੇਖੋ ਭਰਪੂਰ ਰੇਹੜੀਆਂ ਲੱਗ ਰਹੀਆਂ ਨੇ। ਜਿਵੇਂ ਕਿ ਆ ਸਕੂਲ ਵਾਲਿਆਂ ਨੇ ਕੰਪਲੇਂਟ ਵਾਰ ਵਾਰ ਕਰਦੇ ਸੀਗੇ, ਸੁਲਤਾਨਵਿੰਡ ਚੌਂਕ ਤੋਂ ਲੈ ਕੇ ਚਾਟੀਵਿੰਡ ਚੌਂਕ ਤੱਕ ਇੰਨੀ ਰੇਹੜੀ ਲੱਗਦੀ ਸੀਗੀ, ਕਿਉਂਕਿ ਸ਼ਹੀਦਾਂ ਸਾਹਿਬ ਦਾ ਗੁਰਦੁਆਰਾ ਮੇਨ ਹੋਣ ਕਰਕੇ ਪਬਲਿਕ ਦਾ ਇੱਥੋਂ ਦਾ ਆਉਣਾ ਜਾਣਾ ਵੀ ਬਹੁਤ ਸੀਗਾ, ਟੂਰਿਸਟ ਬਹੁਤ ਆਉਂਦਾ ਸੀਗਾ, ਕਈ ਤਰ੍ਹਾਂ ਦੀਆਂ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਸੀਗੀਆਂ। ਇਸ ਵਾਸਤੇ ਇਹ ਸਾਰੇ ਸ਼ਹਿਰ ਦੇ ਵਿੱਚ ਹੀ ਮੇਅਰ ਸਾਹਿਬ ਅਤੇ ਕਮਿਸ਼ਨਰ ਸਾਹਿਬ ਨੇ ਮੁਹਿੰਮ ਚਲਾ ਦਿੱਤੀ ਆ, ਉਹਨਾਂ ਦੇ ਦੇਸਾਂ ਨਿਰਦੇਸ਼ ਨੂੰ ਮੁੱਖ ਰੱਖਦਿਆਂ ਅਸੀਂ ਇਹ ਰੇਹੜੀਆਂ 'ਤੇ ਕਾਰਵਾਈ ਲਗਾਤਾਰ ਇਹ ਚੱਲਦੀ ਰਹੇਗੀ। ਜਿੰਨਾ ਚਿਰ ਇਹ ਬਾਹਰ ਇਹਨਾਂ ਨੂੰ ਅੰਦਰ ਨਹੀਂ ਅੱਜ ਆਏ ਹਾਂ ਅਤੇ ਭੱਜ ਗਏ, ਕੁਛ ਜਿੰਨੇ ਸਾਡੇ ਕੋਲ ਕਾਬੂ ਆਏ ਆ, ਅਸੀਂ ਉਹਨਾਂ ਦਾ ਸਮਾਨ ਚੁੱਕਿਆ ਵਾ, ਉਠਾਇਆ ਵਾ, ਉਹਨਾਂ ਦਾ ਵੀ ਸਮਾਨ ਉਠਾਵਾਂਗੇ। ਦੁਕਾਨਦਾਰਾਂ ਨੇ ਜਿਨ੍ਹਾਂ ਨੇ ਬਾਹਰ ਸਮਾਨ ਲਾਇਆ ਉਹਨਾਂ ਦਾ ਵੀ ਚੁੱਕਾਂਗੇ, ਸੜਕ ਦੇ ਉੱਤੇ ਸਮਾਨ ਨਹੀਂ ਲਾਉਣ ਦੇਵਾਂਗੇ। ਅਸੀਂ ਮਾਨਯੋਗ ਮੇਅਰ ਸਾਹਿਬ ਅਤੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਆਦੇਸ਼ਾਂ ਅਨੁਸਾਰ ਮਤਲਬ ਇਸ ਚੀਜ਼ ਨੂੰ ਰੂਟੀਨ 'ਚ ਜਾਰੀ ਰੱਖਾਂਗੇ, ਮਤਲਬ ਬਿਲਕੁਲ ਅਸੀਂ ਨਜਾਇਜ਼ ਕਬਜ਼ੇ ਨਹੀਂ ਹੋਣ ਦੇਵਾਂਗੇ, ਇਹੀ ਵਿਸ਼ਵਾਸ ਦਿਵਾਉਂਦੇ ਹਾਂ। ਦੁਕਾਨਦਾਰਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਇਹ ਮਤਲਬ ਜਿਹੜੀ ਲੋਕ ਆਵਾਜਾਈ ਆ, ਆਵਾਜਾਈ ਸੁਚਾਰੂ ਢੰਗ ਨਾਲ ਚੱਲੇ, ਉਹਦੇ ਲਈ ਇਹ ਜਿਹੜੇ ਆਪਣੀਆਂ ਮਤਲਬ ਦੁਕਾਨਾਂ ਵਾ ਆਪਣੀ ਹੱਦ ਦੇ ਅੰਦਰ ਲੈ ਜਾਣ। ਇਹ ਜਿਹੜੇ ਕਾਰਪੋਰੇਸ਼ਨ ਤੋਂ ਆਏ ਆ, ਸੈਨੀਟੇਸ਼ਨ ਵਿਭਾਗ ਦੇ ਅਤੇ ਨਾਲੇ ਹੈਲਥ ਡਿਪਾਰਟਮੈਂਟ ਤੋਂ ਕਾਰਪੋਰੇਸ਼ਨ ਦੇ, ਅਸੀਂ ਇਹਨਾਂ ਦੇ ਮੈਂ ਤਾਂ ਬਹੁਤ ਧੰਨਵਾਦ ਕਰਾਂਗੀ ਇਹਨਾਂ ਦਾ, ਕਿਉਂਕਿ ਇਹ ਸਾਡੇ ਸਕੂਲ ਦੇ ਬਾਹਰ ਜਿਹੜੀਆਂ ਚਾਰ ਦੀਵਾਰੀ ਦੇ ਨਾਲ ਰੇਹੜੀਆਂ ਲੱਗਦੀਆਂ, ਅਸੀਂ ਬੜੇ ਪਰੇਸ਼ਾਨ ਹਾਂ ਇਹਦੇ ਤੋਂ, ਕਿਉਂਕਿ ਇਹਦੇ ਨਾਲ ਜਿੰਨੀਆਂ ਵੀ ਰੇਹੜੀਆਂ ਲੱਗਦੀਆਂ ਵਾਰ ਵਾਰ ਅਸੀਂ ਕੰਪਲੇਂਟਸ ਕਰ ਰਹੇ ਸੀ, ਔਰ ਬੱਚਿਆਂ ਨੂੰ ਇਹਦੇ ਨਾਲ ਪਰੇਸ਼ਾਨੀ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਨਾਲ ਰੇਹੜੀਆਂ ਦੇ ਨਾਲ ਹੋਰ ਵੀ ਬਹੁਤ ਸਾਰੇ ਲੋਕ ਆ ਕੇ ਇਕੱਠੇ ਹੋ ਜਾਂਦੇ, ਜਿਹਦੇ ਨਾਲ ਬੱਚਿਆਂ ਨੂੰ ਜਦੋਂ ਸਕੂਲ ਆਉਂਦੇ ਜਾਂਦੇ ਆਉਣ ਜਾਣ 'ਚ ਸਾਰਿਆਂ ਨੂੰ ਪਰੇਸ਼ਾਨੀ ਹੁੰਦੀ ਸੀ, ਔਰ ਜਦੋਂ ਅੱਜ ਇਹ ਡਿਪਾਰਟਮੈਂਟ ਤੋਂ ਆਏ ਨੇ ਕਾਰਪੋਰੇਸ਼ਨ ਡਿਪਾਰਟਮੈਂਟ ਤੋਂ, ਇਹਨਾਂ ਨੇ ਸਾਰੀਆਂ ਰੇਹੜੀਆਂ ਚੁਕਵਾਤੀਆਂ, ਇਹਦੇ ਨਾਲ ਸਾਡਾ ਜਿਹੜਾ ਸਕੂਲ ਦਾ ਸਵੱਛਤਾ ਅਭਿਆਨ ਹੈ, ਅਸੀਂ ਕਿਉਂਕਿ ਸਕੂਲ ਦੇ ਅੰਦਰੋਂ ਤਾਂ ਅਸੀਂ ਸਫਾਈ ਕਰਦੇ ਸੀ, ਲੇਕਿਨ ਸਕੂਲ ਦੇ ਆਸ ਪਾਸ ਸਾਰੇ ਪਾਸੇ ਬੜਾ ਖਲਾਰਾ ਲੱਗਦਾ, ਗੰਦ ਪਿਆ ਹੁੰਦਾ ਸੀ, ਇਹ ਸਵੱਛਤਾ ਮੁਹਿੰਮ ਨੂੰ ਵੀ ਜਿਹੜਾ ਸਾਨੂੰ ਹੁਲਾਰਾ ਮਿਲੇਗਾ ਇਹਦੇ ਨਾਲ। ਕਾਰਵਾਈ ਤਾਂ ਠੀਕ ਆ, ਪਰ ਇਹ ਕਾਗਜ਼ੀ ਪੱਤਰੀ ਨਾ ਪੈ ਜੇ, ਕਾਰਵਾਈ ਤਾਂ ਗੇੜਾ ਜਿਹਾ ਮਾਰ ਕੇ ਅੱਜ ਚੱਲ ਜਾਣ, ਜਿਸ ਤਰ੍ਹਾਂ ਹੁਣ ਸਾਰੇ ਰੇਹੜੀਆਂ ਵਾਲੇ ਇੱਥੇ ਲੋਹੇ ਲੱਗੇ ਨਹੀਂ, ਅੱਜ ਪਤਾ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਸਾਰੇ ਰੇਹੜੀਆਂ ਵਾਲੇ ਪਹਿਲਾਂ ਹੀ ਭੱਜ ਗਏ, ਕੁਛ ਰਹਿ ਗਏ ਚਾਨਕ। ਇਦੋਂ ਇਹ ਰੇਹੜੀਆਂ ਤੋਂ ਬਗੈਰ ਜਿਹੜੇ ਆਪਾਂ ਬਾਬੇ ਸ਼ਹੀਦਾਂ ਦੇ ਦੋਨੇ ਪਾਸੇ ਲੋਕਾਂ ਨੇ ਕਿੰਨਾ ਕਿੰਨਾ ਥਾਂ ਮੱਲਿਆਂ ਦਾ, ਇੱਥੋਂ ਚੁੱਪੀਏ ਤਾਂ ਭਾਂਡਿਆਂ ਵਾਲਿਆਂ ਤੋਂ ਲੈ ਕੇ ਜਿੰਨਾ ਸਾਰੇ ਟੈਕਸੀ ਸਟੈਂਡ ਜੋ ਸਾਰੇ ਆ, ਇਹਨਾਂ ਨੇ ਆਪਣੇ ਅਗਲੇ ਬਣੇ ਦੁਕਾਨਾਂ ਦੇ ਇੱਕ ਜਗੀਰਾਂ ਬਣਾਈਆਂ ਵੀ ਸਾਡੀਆਂ ਪੱਕੀਆਂ ਜਗੀਰਾਂ ਵਾ, ਇਹ ਕਿਸੇ ਨੂੰ ਮੱਥਾ ਟੇਕਣਾ ਵੀ ਉਹਨੂੰ ਧੱਕੇ ਨਾ, ਇੱਥੇ ਖਲੋ ਗਿਆ ਗਾਂਹ ਮੋਟਰਸਾਈਕਲ ਆਇਆ ਉੱਤੇ ਲਾ, ਇਹ ਇਹਨਾਂ ਨੇ ਆਪਣੀਆਂ ਜਗੀਰਾਂ ਬਣਾਈਆਂ ਦੁਕਾਨਾਂ ਦੇ ਗਾੜੀ, ਇਹ ਦੁਕਾਨਾਂ ਦੇ ਗਾੜੀ ਜਗੀਰਾਂ ਨੇ, ਇਹ ਮਹਿਕਮੇ ਨੂੰ ਤੋੜਨੀਆਂ ਚਾਹੀਦੀਆਂ ਵਾ,
ਇਹ ਬੜਾ ਸੋਹਣਾ ਕੰਮ ਆ, ਮੇਅਰ ਸਾਹਿਬ ਨੇ ਵਧੀਆ ਕੰਮ ਕੀਤਾ, ਕਮਿਸ਼ਨਰ ਸਾਹਿਬ ਨੇ ਵਧੀਆ ਕੰਮ ਕੀਤਾ, ਪਰ ਇਹ ਲਗਾਤਾਰ ਜਾਰੀ ਰਹਿਣਾ ਚਾਹੀਦਾ।